ਹੁਣ ਦੇਖਿਆ ਜਾਵੇ ਫਗਵਾੜਾ ਆਰਟ ਅਤੇ ਕਲਚਰ ਦਾ ਘਰ ਵੀ ਕਿਹਾ ਜਾਂਦਾ ਹੈ। ਇਸ ਵਿੱਚ ਪੰਜਾਬੀ ਫਿਲਮਾਂ ਦੇ ਸੁਪਰ ਹਿੱਟ ਹੀਰੋ ਵਰਿੰਦਰ ਦਾ ਓਰੀਜਨ ਵੀ ਫਗਵਾੜਾ ਵਿੱਚ ਹੁੰਦਾ ਹੈ। ਅਤੇ ਜੇਕਰ ਪੰਜਾਬੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਗਾਇਕੀ ਦੇ ਬਹੁਤ ਹੀ ਸੁਰੀਲੇ ਗਾਇਕ ਫਿਰੋਜ਼ ਖਾਨ, ਨਛੱਤਰ ਗਿੱਲ, ਬੂਟਾ ਮੁਹੰਮਦ ਤੋਂ ਇਲਾਵਾ ਹੋਰ ਬਹੁਤ ਸਾਰੇ ਗਾਇਕ ਜੋ ਹੈ ਉਹ ਫਗਵਾੜਾ ਨਾਲ ਸੰਬੰਧਿਤ ਨੇ। ਹੁਣ ਇਸ ਵਿੱਚ ਨਵੇਂ ਜੇ ਦੇਖਿਆ ਜਾਵੇ ਤਾਂ ਨਵੀਂ ਗਾਇਕੀ ਦੇ ਵਿੱਚ, ਨਵੇਂ ਨੌਜਵਾਨ ਗਾਇਕੀ ਦੇ ਵਿੱਚ ਇੱਕ ਹੋਰ ਨਾਂ ਜੁੜ ਗਿਆ ਹੈ, ਗੁਰੀ ਸਿੰਘ ਦਾ। ਗੁਰੀ ਭਾਵੇਂ ਕਿ ਗਾਇਕੀ ਦੇ ਵਿੱਚ ਉਸਦਾ ਵਾਸਤਾ 8-10 ਸਾਲ ਪੁਰਾਣਾ ਹੈ ਅਤੇ ਖਾਸ ਤੌਰ 'ਤੇ 2013 ਵਿੱਚ ਉਸਦੀ ਸ਼ਬਦ ਕੈਸਟ 13-13 ਵੀ ਮਾਰਕੀਟ ਵਿੱਚ ਆ ਚੁੱਕੀ ਹੈ, ਪਰ ਉਸ ਤੋਂ ਬਾਅਦ ਲੰਬਾ ਸਮਾਂ ਗੁਰੀ ਗਾਇਬ ਰਿਹਾ। ਕਿਉਂ ਗਾਇਬ ਰਿਹਾ ਇਸ ਬਾਰੇ ਵੀ ਅਸੀਂ ਗੱਲਬਾਤ ਉਹਦੇ ਨਾਲ ਕਰਦੇ ਹਾਂ ਔਰ ਦੱਸਦੇ ਹਾਂ ਕਿ ਗੁਰੀਜ਼ ਨੇ 7 ਸਾਲ ਕੀ ਕੀਤਾ। ਪਰ ਇਸ ਵੇਲੇ ਗੁਰੀਜ਼ ਇੱਕ ਵਾਰ ਫਿਰ ਚਰਚਾ ਵਿੱਚ ਹੈ ਆਪਣਾ ਸਿੰਗਲ ਟਰੈਕ ਫਾਇਦਾ ਨੂੰ ਲੈ ਕੇ। ਫਾਇਦਾ ਹੁਣ ਯੂਟਿਊਬ ਅਤੇ ਹੋਰ ਸੋਸ਼ਲ ਮੀਡੀਆ 'ਤੇ ਧੂਮ ਪਾ ਰਿਹਾ ਹੈ ਅਤੇ ਸਾਡੀ ਵੀ ਅਪੀਲ ਇਹੀ ਹੈ ਕਿ ਫਗਵਾੜਾ ਦੇ ਇਸ ਬਹੁਤ ਹੀ ਖੂਬਸੂਰਤ ਅਤੇ ਪ੍ਰਤਿਭਾਸ਼ੀਲ ਗਾਇਕ ਨੂੰ ਅਸੀਂ ਸਪੋਰਟ ਕਰੀਏ ਅਤੇ ਇਸ ਫਾਇਦਾ ਸਿੰਗਲ ਟਰੈਕ ਨੂੰ ਵੱਧ ਤੋਂ ਵੱਧ ਵਾਇਰਲ ਕਰੀਏ। ਪਰ ਪਹਿਲਾਂ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਗੁਰੀਜ਼ ਸਿੰਘ ਨਾਲ। ਗੁਰੀਜ਼, ਬਹੁਤ ਬਹੁਤ ਸਵਾਗਤ ਤੁਹਾਡਾ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਬਹੁਤ ਵੱਡੀਆਂ ਮੁਬਾਰਕਾਂ ਸਿੰਗਲ ਟਰੈਕ ਲਈ। ਤੁਹਾਡਾ ਫਸਟ ਟਰੈਕ ਹੈ ਔਰ ਫਸਟ ਟਰੈਕ ਹਮੇਸ਼ਾ ਹੀ ਜਿਹੜਾ ਆ ਬਹੁਤ ਪਿਆਰਾ ਲੱਗਦਾ ਹੈ। ਬਿਲਕੁਲ ਜੀ, ਮੇਰਾ ਡੈਬਿਊ ਟਰੈਕ ਆ ਜੀ ਫਾਇਦਾ, ਅਤੇ ਅਸੀਂ ਇਹਨੂੰ ਮਤਲਬ ਸਾਨੂੰ ਬੇਸਿਕਲੀ ਇਹਨੂੰ ਵੀ ਰਿਕਾਰਡ ਕੀਤੇ ਨੂੰ ਸਾਲ ਹੀ ਹੋ ਚੱਲਿਆ ਸੀ। 10 ਮਈ 'ਚ ਰਿਕਾਰਡ ਕੀਤਾ ਸੀ, 10 ਮਈ 2019 'ਚ, ਅਤੇ ਮੇਰਾ ਡਾਇਰੈਕਟਰ ਦੋਸਤ ਜੁਗਰਾਜ ਰੈਂਕ ਉਹਨਾਂ ਨੇ ਇਹਨੂੰ ਲਿਖਿਆ ਆ ਅਤੇ ਉਹਨਾਂ ਨੇ ਇਹਦਾ ਮਿਊਜ਼ਿਕ ਕੀਤਾ ਅਤੇ ਉਹਨਾਂ ਨੇ ਸਾਰਾ ਪ੍ਰੋਡਕਸ਼ਨ ਹਾਊਸ ਕੀਤਾ ਆ, ਅਤੇ ਸਾਰੀ ਜਿਹੜੀ ਇਹਦੀ ਬਣਤਰ ਹੈਗੀ ਆ ਜੋ ਵੀ ਆ ਸੀ ਦੋਨਾਂ ਨੇ ਇਕੱਠੇ ਬਹਿ ਕੇ ਆਈਡੀਏਸ਼ਨ ਕੱਢੀ ਸੀ ਕਿ ਇਹ ਚੀਜ਼ ਚਾਹੀਦੀ ਹੈ ਜੀ ਗਾਣੇ 'ਚ। ਅੱਛਾ, ਇੱਕ ਵਾਰੀ ਗਾਇਕੀ ਦੇ ਲਈ ਕੰਬੀਨੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਆ। ਇੱਕ ਸਿੰਗਰ ਆ ਉਹਦੇ ਨਾਲ ਬਹੁਤ ਸਾਰੀ ਟੀਮ ਇੱਕ ਜੁੜਦੀ ਆ, ਕੋਈ ਵੀ ਆਪਾਂ ਸਿੰਗਲ ਟਰੈਕ ਕਰਦੇ ਵਿੱਚ ਮਿਊਜ਼ਿਕ ਡਾਇਰੈਕਟਰ ਆ, ਉਹਦੇ ਵਿੱਚ ਕੰਪੋਜ਼ਰ ਆ, ਉਹਦੇ ਵਿੱਚ ਗੀਤ ਜਿਹਨੇ ਲਿਖਣਾ, ਉਹਦੀਆਂ ਸੁਰ ਬੰਦ ਕਿਹਨੇ ਕਰਨਾ, ਕੰਬੀਨੇਸ਼ਨ ਕਿਸ ਤਰ੍ਹਾਂ ਦਾ ਰਿਹਾ ਜਿਵੇਂ ਤੁਸੀਂ ਹੁਣ ਗੱਲ ਕਰ ਰਹੇ ਹੋ, ਕਿਵੇਂ ਕੰਬੀਨੇਸ਼ਨ ਰਿਹਾ ਇਸ ਵਾਰ ਦਾ? ਬੇਸਿਕਲੀ ਜੁਗਰਾਜ ਰੈਂਕ ਮੇਰਾ ਸ਼ੁਰੂ ਤੋਂ ਹੀ ਭਾਅ ਜੀ ਮੇਰੇ ਦੋਸਤ ਰਹੇ ਨੇ ਜੀ, ਮੇਰੇ ਨਾਲ ਪੜ੍ਹਦੇ ਸੀਗੇ ਚੰਡੀਗੜ੍ਹ, ਅਸੀਂ ਇਕੱਠੇ ਪੜ੍ਹੇ ਹਾਂ ਜੀ, ਅਤੇ ਉਸ ਤੋਂ ਬਾਅਦ ਅਸੀਂ ਹੁਣ ਜਦੋਂ ਗੱਲ ਆਈ, ਮੈਂ ਇੱਕ ਵਾਰ ਇਹਨਾਂ ਦਾ ਇੰਸਟਾਗ੍ਰਾਮ ਖੋਲ੍ਹਿਆ ਅਤੇ ਉੱਥੇ ਇਹਨਾਂ ਨੇ ਇਹ ਗਾਣਾ ਪਾਇਆ ਹੋਇਆ ਸੀਗਾ ਕਿ ਦਿਸ ਸੌਂਗ ਇਜ਼ ਫੋਰ ਸੇਲ, ਅਤੇ ਮੈਂ ਉਹਨਾਂ ਨੂੰ ਕੰਟੈਕਟ ਕੀਤਾ ਅਤੇ ਜਦੋਂ ਮੈਂ ਉਹਨਾਂ ਨੂੰ ਕੰਟੈਕਟ ਕੀਤਾ ਤਾਂ ਉਹਨਾਂ ਨੇ ਮੈਨੂੰ ਕਿਹਾ, ਕਹਿੰਦਾ ਗੁਰੀ ਭਾਈ ਜੇ ਤੁਸੀਂ ਕਰਨਾ ਤਾਂ ਤੁਸੀਂ ਆ ਜਾਓ, ਕਹਿੰਦਾ ਆਪਾਂ ਦੇਖ ਲਾਂਗੇ ਜੋ ਕਰਨਾ ਹੋਊਗਾ ਜੀ। ਮਤਲਬ ਉਹਨਾਂ ਨੇ ਮੈਨੂੰ ਜੋ ਅਸੀਂ ਮਤਲਬ ਕਹਿ ਲਓ 10 ਸਾਲ ਪਹਿਲਾਂ ਮਿਲੇ ਸੀਗੇ, ਉੱਦਾਂ ਹੀ ਫੀਲ ਹੋਇਆ ਕਿ ਆਪਾਂ ਆਪਣੇ ਭਰਾ ਨੂੰ ਹੀ ਮਿਲ ਰਹੇ ਹਾਂ ਵਾਪਸ। ਅੱਛਾ, 2013 ਵਿੱਚ ਤੁਹਾਡਾ 13-13 ਸ਼ਬਦ ਕੈਸਟ ਆਈ ਸੀ, ਤੁਸੀਂ ਕਿੱਥੇ ਰਹਿ ਗਏ 7 ਸਾਲ ਤੋਂ? ਲੋਕ ਦੇਖ ਰਹੇ ਵੀ ਗੁਰੀਜ਼ ਕਿੱਥੇ ਆ, ਕੀ ਕਰਦਾ ਰਿਹਾ ਗੁਰੀਜ਼ ਇਹਨਾਂ ਟਾਈਮ ਦੇ ਵਿੱਚ? 7 ਸਾਲ ਇੱਦਾਂ ਹੋਇਆ ਜੀ, ਪਹਿਲਾਂ ਕਾਲਜ ਹੁੰਦੇ ਸੀਗੇ ਜੀ ਜਦੋਂ 13-13 ਕੀਤੀ ਸੀਗੀ ਜੀ, ਉਸ ਤੋਂ ਬਾਅਦ ਗਾਣਾ ਕਰਨਾ ਸੀਗਾ, ਬਟ ਉਹ ਮੈਂ ਗਾਣਾ ਕੀਤਾ ਪਰ ਮੈਂ ਇੰਗਲੈਂਡ ਕੀਤਾ ਆਪਣੇ ਬ੍ਰਦਰ ਦੀ ਐਲਬਮ ਦੇ ਵਿੱਚ, ਬਟ ਉਹ ਮੇਰਾ ਇਕੱਲੇ ਦਾ ਗਾਣਾ ਨਹੀਂ ਸੀਗਾ, ਇਹ ਮੇਰਾ ਹੁਣ ਡੈਬਿਊ ਗਾਣਾ ਜੀ, ਮੇਰਾ ਆਪਣਾ ਪਰਸਨਲ ਗਾਣਾ ਜੀ। ਅਤੇ ਇਹਦੇ ਵਿੱਚ ਅਸੀਂ ਜਿੱਦਾਂ ਜੁਗਰਾਜ ਰੈਂਕ ਹੋ ਗਿਆ ਜੀ, ਸੋਲ ਰਿਚ ਹੋ ਗਿਆ, ਇਹਦੇ ਨਾਲ ਅਸੀਂ ਕੰਮ ਕਰ ਰਹੇ ਹਾਂ, ਅਤੇ ਮੇਰਾ ਨੈਕਸਟ ਮੰਥ ਵੀ ਗਾਣਾ ਆਏਗਾ ਜੀ। ਅਸੀਂ ਹੁਣ 26 ਤਰੀਕ ਮਿਥਲੀ ਹੈ ਜੀ, ਅਸੀਂ 26 ਤਰੀਕ ਨੂੰ ਕੀ ਲਾਂਚ ਹੋਏਗਾ? ਹਾਂ, ਨੈਕਸਟ 26 ਨੂੰ ਫਿਰ ਲਾਂਚ ਕਰਾਂਗੇ ਗਾਣਾ। ਅਸੀਂ ਮਤਲਬ ਹੁਣ ਸੋਚਿਆ ਕਿ 7-8 ਗਾਣੇ ਲਗਾਤਾਰ ਔਨਲਾਈਨ ਮਾਧਿਅਮ ਰਾਹੀਂ ਇਹ ਗਾਣਾ ਹੁਣ ਸਰੋਤਿਆਂ ਤੱਕ ਪਹੁੰਚ ਰਿਹਾ ਹੈ। ਇਹ ਯੂਟਿਊਬ 'ਤੇ ਹੈਗਾ ਜੀ, ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ, ਸਨੈਪਚੈਟ ਅਤੇ ਟਿਕਟੋਕ ਸਾਰੇ 'ਤੇ ਹੈਗਾ ਜੀ ਇਹ। ਤੁਸੀਂ ਇਹਨੂੰ ਡਿਜੀਟਲ ਪਲੇਟਫਾਰਮ ਜਿੱਦਾਂ ਆਈਟਿਊਨਸ ਹੋ ਗਿਆ ਜੀ, ਗਾਣਾ ਹੋ ਗਿਆ, ਤੁਹਾਡਾ ਸਪੋਟੀਫਾਈ ਹੋ ਗਿਆ, ਇਹ ਸਾਰਾ 'ਤੇ ਅਵੇਲੇਬਲ ਆ ਜੀ, ਜੇ ਕਿਸੇ ਨੇ ਡਾਊਨਲੋਡ ਕਰਕੇ ਸੁਣਨਾ ਹੋਵੇ ਆਪਣੀ ਕਾਰ ਦੇ ਵਿੱਚ ਕਿਸੇ ਚੀਜ਼ ਦੇ ਵਿੱਚ। ਗੁਰੀਜ਼ ਬਾਰੇ ਦੱਸਣਾ ਚਾਹਾਂਗੇ ਕਿ ਫਗਵਾੜਾ ਦੀ ਬਹੁਤ ਹੀ ਪੁਰਾਣੀ ਇੰਡਸਟਰੀ ਦੇ ਨਾਲ ਗੁਰੀਜ਼ ਦਾ ਸੰਬੰਧ ਹੈ, ਅਕਾਲ ਇੰਡਸਟਰੀ ਦੇ ਨਾਲ ਸੰਬੰਧ ਹੈ, ਔਰ ਉਹਨਾਂ ਦੇ ਜੋ ਗ੍ਰੈਂਡ ਫਾਦਰ ਸਨ ਸਰਦਾਰ ਤਲੋਕ ਸਿੰਘ ਕੁੰਦੀ ਜੀ, ਉਹ ਇੱਕ ਤਰ੍ਹਾਂ ਨਾਲ ਫਗਵਾੜਾ ਦੇ ਫਾਊਂਡਰ ਉਹਨਾਂ ਮੈਂਬਰਾਂ ਵਿੱਚੋਂ ਸਨ ਜਿਨ੍ਹਾਂ ਨੇ ਫਗਵਾੜਾ ਵਿੱਚ ਇੰਡਸਟਰੀ ਨੂੰ ਡਿਵੈਲਪ ਕੀਤਾ, ਔਰ ਖੁਦ ਆਪ ਗੁਰੀਜ਼ ਵੀ ਬੀਟੈਕ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਹੈ, ਔਰ ਪਿੱਛੇ ਜਾਇਆ ਉਸਦਾ ਵੈਂਟੀਲੇਟਰ ਜੋ ਹੈ ਉਹ ਵੀ ਚਰਚਾ ਵਿੱਚ ਰਿਹਾ ਸੀ, ਇਸ ਲਈ ਤਕਨੀਕੀ ਜੋ ਖਾਸ ਤੌਰ 'ਤੇ ਉਹਦੀ ਮੁਹਾਰਤ ਹੈ, ਔਰ ਉਸ ਤੋਂ ਇਲਾਵਾ ਗਾਇਕੀ ਦੇ ਵਿੱਚ ਜੋ ਹੈ ਇੱਕ ਤਰ੍ਹਾਂ ਨਾਲ ਸੁਮੇਲ ਕਿਸ ਤਰ੍ਹਾਂ ਹੁੰਦਾ, ਕਿਉਂਕਿ ਇਸ ਵਿੱਚ ਵੀ ਤਕਨੀਕ ਦਾ ਹੋਣਾ ਬੇਹੱਦ ਜ਼ਰੂਰੀ ਹੈ। ਸਿੱਧਾ ਜੁੜਦੇ ਹਾਂ ਇੱਕ ਵਾਰੀ ਗੁਰੀਜ਼ ਨਾਲ, ਸਭ ਤੋਂ ਪਹਿਲਾਂ ਸਿੱਧਾ ਜੁੜਦੇ ਹਾਂ ਉਸ ਗਾਣੇ ਨਾਲ ਜਿਹੜਾ ਕਿ ਇਸ ਵੇਲੇ ਚਰਚਾ ਦਾ ਵਿਸ਼ਾ ਬਣ ਰਿਹਾ। ਗੁਰੀਜ਼, ਸਟਾਰਟ ਹੋ ਜਾਓ, ਫਿਰ ਗਾਣਾ ਆਪਾਂ ਪਹਿਲਾਂ ਸੁਣਦੇ ਹਾਂ। ਗਾਣਾ ਜੀ, ਇਹ ਬੇਸਿਕਲੀ ਸਾਡੀ ਇੱਕ ਆਈਡੀਏਸ਼ਨ ਸੀਗੀ, ਅਸੀਂ ਇੱਕ ਗਾਣਾ ਬੇਸਿਕਲੀ ਅਸੀਂ ਇੱਕ ਮੁੱਦਾ ਰੱਖਿਆ ਸੀ ਭਾਅ ਜੀ ਮੂਹਰੇ,
ਅਤੇ ਉਹ ਮੁੱਦੇ ਨੂੰ ਜਿਸਲੇ ਉਹਨਾਂ ਨੇ ਆਪਣੀ ਕਲਮ ਨਾਲ ਲਿਖਿਆ ਅਤੇ ਉਹ ਬਣ ਕੇ ਇੰਨਾ ਵਧੀਆ ਆਇਆ ਕਿ ਸਭ ਨੇ ਉਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ। ਜਿੱਦਾਂ ਕਿ 14 ਘੰਟਿਆਂ ਦੇ ਵਿੱਚ ਅਸੀਂ 60,000 ਵਿਊਜ਼ ਪਾਰ ਕਰ ਚੁੱਕੇ ਹਾਂ ਜੀ। ਇਸ ਟਾਈਮ 63K ਵਿਊਜ਼ ਨੇ ਸਾਡੇ। ਮਤਲਬ ਇੱਕ ਨਵੇਂ ਆਰਟਿਸਟ ਨੂੰ, ਇੱਕ ਨਵੇਂ ਚਿਹਰੇ ਨੂੰ ਇੰਨਾ ਪਿਆਰ ਮਿਲਣਾ, ਮਤਲਬ ਕਬੀਲੇਦਾਰੀ ਫਾ, ਮਤਲਬ ਕਮੈਂਟਾਂ ਦੇ ਕਿਸ ਤਰ੍ਹਾਂ ਦਾ ਲੱਗਦਾ ਹੁਣ ਤਾਂ ਕਿ ਬੜੀ ਖੁਸ਼ੀ ਹੋ ਮੀਡੀਆ ਹੈ, ਬਹੁਤ ਸਾਰੇ ਕਮੈਂਟ ਵੀ ਤੁਹਾਨੂੰ ਪਾਸ ਆਊਟ ਹੋ ਰਹੇ ਆ। ਬਿਲਕੁਲ ਜੀ, ਬੜੀ ਖੁਸ਼ੀ ਹੁੰਦੀ ਹੈ ਜੀ ਕਿ ਸਾਡੇ ਕੰਮ ਨੂੰ ਸਹਰਾਇਆ ਜਾ ਰਿਹਾ ਆ। ਅਤੇ ਦੂਜੀ ਗੱਲ ਇਹ ਜੀ, ਮੈਂ ਪਰਸੋਂ ਬੇਸਿਕਲੀ ਮੈਂ ਲੁਧਿਆਣੇ ਗਿਆ ਸੀਗਾ ਜੀ, ਕੁਛ ਕੰਮ ਸੀਗਾ ਸਾਡੀ ਇਹਦੀ ਮੇਰੇ ਗਾਣੇ ਦੇ ਰਿਲੇਟਿਡ ਹੀ। ਅਤੇ ਅਸੀਂ ਨਾ ਉੱਥੇ ਖੜ੍ਹੇ ਸੀਗੇ ਜੀ, ਇੱਥੇ ਕਿਪਸ ਮਾਰਕੀਟ ਵੱਲ ਖੜ੍ਹੇ ਸੀਗੇ, ਅਤੇ ਉੱਥੇ ਨਾ ਇੱਕ ਕੁੜੀ ਆਈ, ਕਹਿੰਦੀ ਤੁਸੀਂ ਗੁਰੀਜ਼ ਹੋ ਜੀ? ਮੈਂ ਕਿਹਾ ਹਾਂਜੀ ਮੈਂ ਗੁਰੀਜ਼ ਹਾਂ ਜੀ। ਕਹਿੰਦੀ ਤੁਹਾਡਾ ਗਾਣਾ ਆ ਰਿਹਾ ਕਿ? ਮੈਂ ਕਿਹਾ ਹਾਂਜੀ ਮੇਰਾ ਗਾਣਾ ਆ ਰਿਹਾ ਜੀ। ਕਹਿੰਦੀ ਕਿਸ ਦਿਨ ਆ ਰਿਹਾ? ਮੈਂ 26th ਨੂੰ ਆ ਰਿਹਾ ਜੀ। ਅਤੇ ਬੜੀ ਖੁਸ਼ੀ ਹੁੰਦੀ ਜੀ ਜਿਹੜੇ ਤੁਹਾਡੇ ਕੋਲ ਕੋਈ ਆਉਂਦਾ, ਤੁਹਾਨੂੰ ਤੁਹਾਡੀ ਚੀਜ਼ ਨੂੰ ਉਹ ਸਹਿਰਾਉਂਦਾ ਕਿ ਹਾਂ ਵੀ ਯਾਰ ਤੂੰ ਕੁਛ ਕਰ ਰਿਹਾ, ਤੂੰ ਵਧੀਆ ਕਰ ਰਿਹਾ। ਮਤਲਬ ਬੜੀ ਖੁਸ਼ੀ ਹੁੰਦੀ ਜੀ ਉਸ ਚੀਜ਼ ਨੂੰ ਦੇਖ ਕੇ। ਤੁਹਾਡੇ ਪਸੰਦੀਦਾ ਗਾਇਕ ਕਿਹੜੇ ਆ? ਮੇਰੇ ਪਸੰਦੀਦਾ ਗਾਇਕ ਜੀ, ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਮੇਰੇ ਪਸੰਦੀਦਾ ਗਾਇਕ ਗੁਰਦਾਸ ਮਾਨ ਜੀ ਨੇ। ਅਤੇ ਜੇ ਆਊਟ ਆਫ ਇੰਡੀਆ ਗੱਲ ਕਰੀਏ ਤਾਂ ਸਜਾਦ ਅਲੀ ਮੈਂ ਬਹੁਤ ਸੁਣਦਾ ਜੀ। ਜੀ, ਤੁਸੀਂ ਸ਼ੁਰੂਆਤ ਕੀਤੀ ਸ਼ਬਦ ਤੋਂ, ਔਰ ਉਹ ਇੱਕ ਵੱਖਰੀ ਤਰ੍ਹਾਂ ਦਾ ਸਬਜੈਕਟ ਹੁੰਦਾ ਹੈ। ਹੁਣ ਤੁਸੀਂ ਜਿਹੜੀ ਇਹ ਗਾਣਾ ਤੁਹਾਡਾ, ਇਹ ਇੱਕ ਅਲੱਗ ਤਰ੍ਹਾਂ ਦੀ ਟੈਕਨੀਕ ਹੈ ਜਾਂ ਅਲੱਗ ਤਰ੍ਹਾਂ ਦੀ ਗਾਇਕੀ ਵਿੱਚ ਅਲੱਗ ਦੇਖਣ ਵਾਲੇ ਨੇ, ਇਹ ਕਿੱਦਾਂ ਦਾ ਰਿਹਾ ਕੰਬੀਨੇਸ਼ਨ? ਔਰ ਇੱਕ ਮੇਰਾ ਸਵਾਲ ਸੀ ਕਿ ਤੁਸੀਂ ਪਹਿਲਾਂ ਸ਼ਬਦ ਵੱਲ ਆਏ, ਮਿਊਜ਼ਿਕ ਦੇ ਲਈ ਕਿੰਨਾ ਕੁ ਤੁਹਾਡੇ ਲਈ ਉਹ ਵਧੀਆ ਰਿਹਾ? ਉਹ ਬੇਸਿਕਲੀ ਕੀ ਸੀਗਾ ਜੀ ਕਿ ਮੇਰੇ ਫਾਦਰ ਸਾਹਿਬ ਦੀ ਇੱਕ ਇੱਛਾ ਸੀਗੀ ਕਿ ਅਸੀਂ ਸ਼ਬਦ ਤੋਂ ਸ਼ੁਰੂ ਕਰਨਾ ਹੈ, ਅਤੇ ਮੈਂ ਉਹਨਾਂ ਦੀ ਇੱਛਾ, ਮਤਲਬ ਮੈਂ ਉਹਨਾਂ ਦੀ ਕੋਈ ਗੱਲ ਟਾਲਦਾ ਨਹੀਂ ਅਤੇ ਕਿਸੇ ਗੱਲ ਨੂੰ ਪਿੱਛੇ ਨਹੀਂ ਰੱਖਦਾ। ਅਤੇ ਉਹਨਾਂ ਨੇ ਮੈਨੂੰ ਕਿਹਾ ਆਪਾਂ ਗਾਣਾ ਨਹੀਂ, ਪਹਿਲਾਂ ਆਪਾਂ ਸ਼ਬਦ ਕੱਢਣਾ। ਮੈਂ ਕਿਹਾ ਠੀਕ ਹੈ ਜੀ, ਜਿੱਦਾਂ ਤੁਹਾਡਾ ਹੁਕਮ ਆ। ਅਤੇ ਅਸੀਂ 13 ਐਲਬਮ ਲਾਂਚ ਕੀਤੀ ਜੀ, ਉਹ 'ਚ ਵੀ ਕੁਛ ਸ਼ਬਦ ਸੀਗੇ ਜਿਹੜੇ ਮੇਰੇ ਲਿਖੇ ਹੋਏ ਸੀਗੇ ਜੀ, ਅਤੇ ਉਹ 'ਚ ਵੀ ਬੜਾ ਪਿਆਰ ਮਿਲਿਆ, ਬੜਾ ਸਹਿਰਾਇਆ ਲੋਕਾਂ ਨੇ ਉਸ ਐਲਬਮ ਨੂੰ। ਅਤੇ ਉਸ ਤੋਂ ਬਾਅਦ ਹੁਣ ਅਸੀਂ ਸੱਤ ਸਾਲਾਂ ਬਾਅਦ ਅਸੀਂ ਇੱਥੇ ਆਏ ਹਾਂ। ਸੱਤ ਸਾਲਾਂ ਬਾਅਦ ਮੈਂ ਦੁਬਾਰਾ ਡੈਬਿਊ ਕੀਤਾ, ਬਿਕੋਜ਼ ਪਹਿਲਾਂ ਮੈਨੂੰ ਸਾਥ ਹੀ ਨਹੀਂ ਮਿਲਿਆ ਜੀ। ਜਿੱਦਾਂ ਦਾ ਅਸੀਂ ਸਾਥ ਚਾਹੁੰਦੇ ਸੀ ਨਾ ਜੀ, ਮੈਨੂੰ ਸਾਥ ਹੀ ਨਹੀਂ ਮਿਲਦਾ ਪਿਆ ਸੀ ਬੇਸਿਕਲੀ। ਹੁਣ ਮੇਰਾ ਫਰੈਂਡ ਮਿਲਿਆ ਮੈਨੂੰ ਇੱਕਦਮ ਹੀ, ਜਿੱਦਾਂ ਇੰਸਟਾਗ੍ਰਾਮ ਖੋਲ੍ਹੀ ਉਹਨੇ ਮੈਨੂੰ ਦੇਖਿਆ, ਮੈਂ ਉਹਨੂੰ ਦੇਖਿਆ, ਮੈਂ ਕਿਹਾ ਭਾਈ ਕਿੱਦਾਂ? ਉਹ ਤੋਂ ਨੰਬਰ ਲਿਆ, ਐਕਸਚੇਂਜ ਹੋਏ, ਗੱਲ ਹੋਈ, ਫਿਰ ਸ਼ੁਰੂ ਹੋਇਆ ਦੁਬਾਰਾ ਜੀ। ਫਿਰ ਇੱਕ ਹੋਰ ਅੰਦਰੋਂ ਆਵਾਜ਼ ਆਈ ਕਿ ਨਹੀਂ ਯਾਰ ਕਰਨਾ ਦੁਬਾਰਾ, ਜਿਹੜੀ ਚੀਜ਼ ਹੈਗੀ ਆ। ਫਿਰ ਇੱਕ ਮੇਰਾ ਫਰੈਂਡ ਆ, ਗਾਇਆ ਫਾਇਦੇ ਨੂੰ ਨਾ ਬਹੁਤ, ਉਹਦੇ ਵਿੱਚ ਜਿਹੜੀ ਟੈਕਨੀਕ ਆ ਨਵੇਂ, ਉਹਦੇ ਵਿੱਚ ਮਿਊਜ਼ਿਕ ਟੋਨਸ ਜਿਹੜੀਆਂ ਖਾਸ ਤੌਰ 'ਤੇ ਨੌਜਵਾਨਾਂ ਨੂੰ ਜਿਹੜੀਆਂ ਪਸੰਦ ਚੀਜ਼ਾਂ, ਉਹਦਾ ਵੀ ਖਿਆਲ ਰੱਖਿਆ ਗਿਆ। ਬਿਲਕੁਲ ਜੀ, ਮੇਰੇ ਦੋ ਦੋਸਤ ਨੇ ਜੀ ਜਿਹੜੇ ਬੜੇ ਅਜ਼ੀਜ਼ ਨੇ, ਉਹਨਾਂ ਨੇ ਮੈਨੂੰ ਬੜਾ ਅਪਲਿਫਟ ਕੀਤਾ ਇਸ ਚੀਜ਼ 'ਚ। ਇੱਕ ਮੇਰਾ ਦੋਸਤ ਆ, ਉਹਦਾ ਨਾਮ ਬੱਲੀ ਹੈ ਜੀ। ਹਾਂ, ਇੱਕ ਮੇਰਾ ਦੋਸਤ ਦਾ ਨਾਮ ਗੂੰਗੀ ਆ, ਅਤੇ ਉਹਨੂੰ ਸਰਾਂਸ਼ ਕਹਿੰਦਾ, ਵੈਸੇ ਮੈਂ ਉਹਦਾ ਨਾਮ ਸਰਾਂਸ਼ ਆ, ਉਹਨੂੰ ਪਿਆਰ ਨਾਲ ਮੈਂ ਗੂੰਗੀ ਕਹਿੰਦਾ। ਅਤੇ ਉਹਨਾਂ ਨੇ ਮੈਨੂੰ ਬੜਾ ਅਪਲਿਫਟ ਕੀਤਾ ਇਸ ਚੀਜ਼ ਲਈ ਕਿ ਹਾਂ ਯਾਰ ਤੇਰੇ 'ਚ ਪੋਟੈਂਸ਼ੀਅਲ ਆ, ਤੂੰ ਇਹਨੂੰ ਕੱਢ ਗਾਣੇ ਨੂੰ, ਯੂ ਹੈਵ ਅ ਪੋਟੈਂਸ਼ੀਅਲ, ਯੂ ਸ਼ੁੱਡ ਡੂ ਇਟ। ਅਤੇ ਮੈਂ ਉਸ ਚੀਜ਼ ਨੂੰ ਬੜਾ ਪੋਜ਼ਿਟਿਵਲੀ ਲੈ ਕੇ ਫਿਰ ਇਹ ਗਾਣਾ ਸਟਾਰਟਅਪ ਕੀਤਾ ਜੀ। ਜੀ, ਅਤੇ ਗੁਰੀ ਫਿਰ ਸ਼ੁਰੂ ਹੋ ਜਾਈਏ ਗਾਣਾ, ਸਾਡੇ ਸਰੋਤਿਆਂ ਤੁਸੀਂ ਸੁਣਾਓ। ਇਹ ਗਾਣਾ ਇੱਦਾਂ ਸ਼ੁਰੂ ਹੋਇਆ ਜੀ। ਹੋ ਜੇ ਤੂੰ ਅੱਖਾਂ ਤੋਂ ਨਾ ਪੜ੍ਹ ਸਕਿਆ, ਤੈਨੂੰ ਬੋਲ ਕੇ ਦੱਸਣ ਦਾ ਕੀ ਫਾਇਦਾ? ਹੋ ਦਿਲ ਦੀਆਂ ਗੱਲਾਂ ਇੱਥੇ ਕੋਈ ਕੋਈ ਜਾਣੇ, ਬਾਕੀ ਦੁਨੀਆਂ 'ਤੇ ਫਿਰਦੇ ਬਥੇਰੇ ਨੀ। ਹੋ ਜਾਂਦਾ ਜਦ ਉਹੀ ਅੱਖਾਂ ਕੋਲ ਦੂਰ, ਫਿਰ ਦਿਨ ਵਿੱਚ ਲੱਗਣ ਹਨੇਰੇ ਨੀ। ਕੋਲ ਹੋ ਕੇ ਵੀ ਦੂਰ ਹੋ ਜਾਂਦੇ, ਭੀੜ 'ਚ ਹੋ ਜਾਣ ਇਕੱਲੇ। ਰੂਹ ਤਾਂ ਸੱਜਣ ਲੈ ਜਾਂਦੇ ਨੇ, ਕੁਝ ਨਾ ਰਹਿ ਜੇ ਪੱਲੇ। ਜੇ ਕਦਰ ਨੀ ਕਰਨੀ ਤੂੰ ਯਾਰਾ, ਦਿਲ ਖੋਲ੍ਹ ਕੇ ਦੱਸਣੇ ਦਾ ਕੀ ਫਾਇਦਾ? ਥੈਂਕ ਯੂ ਜੀ। ਗੁਰੀ, ਨੌਜਵਾਨ ਗਾਇਕ ਗੁਰੀ ਸਿੰਘ, ਅਸੀਂ ਵੀ ਅਪੀਲ ਕਰਦੇ ਹਾਂ ਸਮੂਹ ਫਗਵਾੜਾ ਵਾਸੀਆਂ ਨੂੰ, ਔਰ ਬਿਲਕੁਲ ਆਲੇ ਦੁਆਲੇ ਦੇ ਸਾਡੇ ਸ਼ਹਿਰਾਂ ਦੇ ਜੋ ਸਾਡੇ ਸਰੋਤੇ ਨੇ, ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰੋ, ਤਾਂ ਕਿ ਇਸ ਬਹੁਤ ਹੀ ਪ੍ਰਤਿਭਾਸ਼ੀਲ ਗਾਇਕ ਨੂੰ ਅਸੀਂ ਮੋਟੀਵੇਟ ਕਰ ਸਕੀਏ। ਗੁਰੀ, ਤੁਸੀਂ ਸਾਡੇ ਨਾਲ ਵਿਚਾਰ ਚਰਚਾ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਤੁਹਾਡਾ ਵੀ ਬਹੁਤ ਬਹੁਤ ਜੀ, ਤੁਸੀਂ ਵੀ ਸਾਨੂੰ ਟਾਈਮ ਦਿੱਤਾ, ਥੈਂਕ ਯੂ ਜੀ ਇਸ ਗਾਣੇ ਨੂੰ ਸਰਾਉਣ ਲਈ। ਅਤੇ ਲਿੰਕ ਮੈਂ ਆਪ ਜੀ ਨਾਲ ਸ਼ੇਅਰ ਕਰ ਦਿੱਤਾ ਜੀ ਇਸ ਵੀਡੀਓ ਦੇ ਵਿੱਚ, ਕਾਇੰਡਲੀ ਸ਼ੇਅਰ ਕਰੋ ਵੱਧ ਤੋਂ ਵੱਧ। ਥੈਂਕ ਯੂ ਜੀ।